ਤੁਹਾਨੂੰ ਮੈਂ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ। ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਸਮੇਂ ਤੋਂ, ਪਿਛਲੇ ਇੱਕ ਦੋ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ 'ਤੇ ਜਾਂ ਕਈ ਬੜੇ ਲੀਡਰਾਂ ਦੇ ਵੱਲੋਂ ਮੀਡੀਆ ਦੇ ਥਰੂ ਇਹ ਗੱਲ ਆ ਰਹੀ ਹੈ ਕਿ ਭਾਈ ਇੱਕ ਮੇਰਾ ਨਾਂ ਲੈ ਕੇ ਵੀ ਅੰਮ੍ਰਿਤਪਾਲ ਸਿੰਘ ਸੁਖਾਨੰਦ MLA ਵੀ ਉਹਨਾਂ ਨੇ ਇੱਕ ਪੱਤਰਕਾਰ ਨੂੰ ਕੁੱਟਿਆ ਜਾਂ ਪੱਤਰਕਾਰ ਦੇ ਥੱਪੜ ਮਾਰੇ। ਦਰਅਸਲ ਜਿਹੜੀ ਇਹ ਗੱਲ ਹੈ ਇਹ ਇੰਨੀ ਨਹੀਂ ਗੀ, ਇਹਦੇ ਪਿੱਛੇ ਦੀ ਇੱਕ ਹਿਸਟਰੀ ਆ, ਇਹਦੇ ਪਿੱਛੇ ਦੀ ਇੱਕ ਕਾਫੀ ਵੱਡੀਆਂ ਗੱਲਾਂ ਨੇ, ਮਤਲਬ ਜਿੰਨੀ ਦੇਖਣ ਨੂੰ ਲੱਗਦੀ ਹੈ ਉਨੀ ਹੈ ਨਹੀਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਿਆਂ ਵੀ ਜਿਹੜਾ ਇਹ ਬਾਘਾ ਪੁਰਾਣਾ ਦੇ ਹਲਕੇ ਦੇ ਵਿੱਚ ਇੱਕ ਸਮਾਲਸਰ ਕਸਬਾ, ਉਹ ਸਮਾਲਸਰ ਕਸਬੇ ਦੇ ਵਿੱਚ ਇੱਕ ਧਰਨਾ ਲੱਗਿਆ ਹੋਇਆ। ਧਰਨਾ ਇੱਕ ਲੜਕੀ ਨੇ ਆਪਣੇ ਹਸਬੈਂਡ ਦੇ ਖਿਲਾਫ ਲਾਇਆ ਹੋਇਆ, ਉਹਦਾ ਇੱਕ ਬਹੁਤ ਵੱਡਾ ਰੀਜ਼ਨ ਆ ਕਿਉਂਕਿ ਜਿਹੜਾ ਉਹ ਆਦਮੀ ਆ ਉਹਦਾ ਨਾਂ ਹੈਗਾ ਰਵੀ ਸ਼ਰਮਾ ਉਰਫ ਕੁਲਵੰਤ ਰਾਏ। ਉਸਨੇ ਪਿਛਲੇ 15 ਸਾਲਾਂ ਤੋਂ ਜਿਹੜੀ ਉਹਦੀ ਵਾਈਫ ਆ, ਜਿਹੜੀ ਉਹਦੇ ਨਾਲ ਲੜਕੀ ਵਿਆਹੀ ਗਈ, ਤਾਂ ਉਹਨੇ ਉਹਨੂੰ ਪਾਸੇ ਕਰਕੇ ਉਹਨੂੰ ਛੱਡ ਕੇ ਤਾਂ ਉਹ ਇੱਕ ਦੋ ਹੋਰ ਲੜਕੀਆਂ ਦੇ ਨਾਲ ਉਹਦੇ ਸੰਬੰਧ ਨੇ, ਉਹਨਾਂ ਨੂੰ ਉਹਨੇ ਸ਼ਰੇਆਮ ਆਪਣੇ ਘਰ ਰੱਖਿਆ ਹੋਇਆ। ਤਾਂ ਜਿਹੜਾ ਇਹ ਪੂਰਾ ਮਾਮਲਾ ਏ, ਇਹਦਾ ਜਿਹੜਾ ਬੈਕਗਰਾਊਂਡ ਆ ਇਹ ਉੱਥੋਂ ਸਟਾਰਟ ਹੁੰਦਾ। ਅਤੇ ਜਿਹੜੀ ਉਹ ਲੜਕੀ ਆ ਉਹ ਮੇਰਾ ਦੋਸਤ ਆ, ਉਹਦੀ ਸਿਸਟਰ ਆ। ਤਾਂ ਜਿਹੜਾ ਇਹ ਆਦਮੀ ਕਹਿ ਰਿਹਾ ਵੀ ਭਾਈ MLA ਨੇ ਮੇਰੇ ਥੱਪੜ ਮਾਰੇ, ਮੈਨੂੰ ਦਫ਼ਤਰ 'ਚ ਬੁਲਾ ਕੇ ਕੁੱਟਿਆ, ਅਸਲ 'ਚ ਇਹ ਆਦਮੀ ਆ ਜਿਹੜਾ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ, ਉਹ ਕੋਈ ਪੱਤਰਕਾਰ ਨਹੀਂ ਗਾ, ਉਹ ਕਿਸੇ ਚੈਨਲ ਦਾ ਬੰਦਾ ਨਹੀਂ ਗਾ, ਉਹ ਕਿਸੇ ਅਦਾਰੇ ਦਾ ਬੰਦਾ ਨਹੀਂ ਗਾ, ਉਹਦਾ ਇੱਕ ਸਿਰਫ ਨਿੱਜੀ ਇੱਕ ਛੋਟਾ ਜਿਹਾ ਪੇਜ ਆ ਜਿਹਦੇ ਅੱਜ ਤੋਂ ਪਹਿਲਾਂ ਲਗਭਗ 1500-2000 ਲਾਈਕ ਸੀਗੇ, ਇੰਨੇ ਕੁ ਵਿਊ ਸੀਗੇ, ਉਹ ਇੱਕ ਨਿੱਜੀ ਬੰਦਾ, ਕਿਸੇ ਚੈਨਲ ਨਾਲ ਕੋਈ ਸੰਬੰਧ ਨਹੀਂ। ਤਾਂ ਬੇਨਤੀ ਹੈ ਵੀ ਪਹਿਲਾਂ ਤੁਹਾਨੂੰ ਪੱਤਰਕਾਰ ਨਾ ਕਿਹਾ ਜਾਵੇ। ਤਾਂ ਉਸ ਬੰਦੇ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ 10-15 ਦਿਨ ਪਹਿਲਾਂ ਇੱਕ ਵੀਡੀਓ ਚਲਾਈ, ਵੀਡੀਓ ਦੇ ਵਿੱਚ ਉਹਨੇ ਮੇਰੇ ਅਤੇ MLA 'ਤੇ ਇਲਜ਼ਾਮ ਲਾਏ ਕਿ ਵੀ ਇਹ MLA ਸਪੋਰਟ ਕਰਦਾ, ਹਾਲਾਂਕਿ ਜਿਹੜਾ ਉਹ ਬੰਦਾ ਏ ਜਿਹੜਾ ਉਹ ਆਪਣੇ ਆਪ ਨੂੰ ਪੱਤਰਕਾਰ ਦੱਸਦਾ, ਉਹ ਉਸ ਕੁਲਵੰਤ ਰਾਏ ਦੀ ਜਿਹੜੀ ਕੁੜੀ ਆ, ਜਿਹੜੀ ਉਹ ਕੁੜੀ ਆ ਉਹਦੇ ਹਸਬੈਂਡ ਦੀ ਸਪੋਰਟ ਕਰਦਾ। ਅਤੇ ਜਿਹੜੀ ਕੱਲ੍ਹ ਦੀ ਜਿਹੜੀ ਲੇਟੈਸਟ ਖਬਰ ਆ ਉਹ ਇਹ ਆ, ਉਸੇ ਸੰਬੰਧ ਦੇ ਵਿੱਚ ਉਹਨੇ ਮੈਨੂੰ ਪਹਿਲਾਂ ਕਿਹਾ ਸੀ ਵੀ ਤੁਸੀਂ ਬਾਈਟ ਦਿਓ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੇ ਕੋਈ ਚੈਨਲ, ਜੇ ਕੋਈ ਪੱਤਰਕਾਰ ਮੇਰੇ ਤੋਂ ਇਹ ਸਵਾਲ ਕਰੂਗਾ ਤਾਂ ਮੈਂ ਉਹਨੂੰ ਜਵਾਬ ਦਿਆਂ, ਪਰ ਜੇ ਕੋਈ ਐਵੇਂ ਉੱਠ ਕੇ ਕੋਈ ਆਮ ਬੰਦਾ ਕੋਈ ਵੀ ਮੇਰੇ 'ਤੇ ਸਵਾਲ ਕਰੂਗਾ ਮੈਂ ਉਹਦਾ ਜਵਾਬ ਨਹੀਂ ਦੇਣੀਗਾ। ਤਾਂ ਉਹਨੇ ਪਿਛਲੇ ਦਿਨੀ ਉਸੇ ਢਾਬੇ 'ਤੇ ਯੂਨੀਅਨ ਨੇ ਧਰਨਾ ਲਾਇਆ ਹੋਇਆ, ਯੂਨੀਅਨ ਦਾ ਇੱਕ ਲੀਡਰ ਦੀ ਉਹਨੇ ਇੰਟਰਵਿਊ ਕੀਤੀ, ਉਸ ਇੰਟਰਵਿਊ ਦੇ ਵਿੱਚ ਉਹ ਯੂਨੀਅਨ ਦਾ ਜਿਹੜਾ ਲੀਡਰ ਉਹ ਬੋਲ ਰਿਹਾ, ਤੁਸੀਂ ਕਾਇੰਡਲੀ ਧਿਆਨ ਨਾਲ ਸੁਣਿਓ ਉਹਨੇ ਕੀ ਬੋਲਿਆ। ਇਸੇ ਮੁੰਡੇ ਦੇ ਜਿਹੜਾ ਫੇਸਬੁੱਕ 'ਤੇ ਚੈਨਲ ਆ ਉਹਦੇ 'ਤੇ ਉਹ ਯੂਨੀਅਨ ਦੇ ਲੀਡਰ ਨੇ ਬੋਲਿਆ, ਕਹਿੰਦੇ ਜਿਹੜਾ ਰਵੀ ਸ਼ਰਮਾ ਉਰਫ ਕੁਲਵੰਤ ਰਾਏ ਆ ਇਹ ਨਿਹਾਇਤੀ ਘਟੀਆ ਬੰਦਾ, ਇਹਦੇ ਤਿੰਨ ਉਹਨੇ ਲਫ਼ਜ਼ ਯੂਜ਼ ਕੀਤਾ ਜਨਾਨੀਆਂ, ਵੀ ਤਿੰਨ ਜਨਾਨੀਆਂ ਨਾਲ ਸੰਬੰਧ ਨੇ, ਅਤੇ ਇਹ ਬੰਦਾ ਬੜਾ ਬਦਤਮੀਜ਼ ਆ, ਇਹਦਾ ਤਾਂ ਨਾਂ ਲੈਣਾ ਵੀ ਚੰਗਾ ਨਹੀਂ ਗਾ, ਇਹ ਜਦੋਂ ਰੋਡ ਦੇ ਉੱਪਰ ਦੀ ਲੰਘਦਾ ਤਾਂ ਇਹਦੇ ਬੁਲਟ ਦੇ ਮਗਰ ਉਹ ਲੜਕੀਆਂ ਬੈਠੀਆਂ ਹੁੰਦੀਆਂ ਨੇ, ਇਹ ਦੇਖੋ ਉਹਦੇ ਨਾਲ ਬੱਚੀ ਖੜੀ ਸੀ, ਉਹ ਜਿਹਨੂੰ ਮੈਂ ਭੈਣ ਕਹਿੰਦਾ, ਸਾਡੀ ਭੈਣ ਦੀ ਬੱਚੀ ਸੀ, ਉਹ ਬੱਚੀ ਦੇ ਸਿਰ 'ਤੇ ਹੱਥ ਰੱਖ ਕੇ ਯੂਨੀਅਨ ਦਾ ਲੀਡਰ ਕਹਿੰਦਾ ਵੀ ਇਹ ਦੇਖੋ ਜਿਹੜੀ ਬੱਚੀ ਆ ਇਹਦੇ ਦਿਲ 'ਤੇ ਕੀ ਬੀਤਦੀ ਹੋਊਗੀ, ਵੀ ਇਹਦਾ ਪਿਓ ਇਹਦੇ ਸਾਹਮਣੇ ਹੱਸ ਕੇ ਲੰਘਦਾ ਰੋਜ਼। ਤਾਂ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਉਹ ਯੂਨੀਅਨ ਦੇ ਲੀਡਰ ਨੇ, ਉਹ ਕਹਿੰਦਾ ਵੀ 1.5 ਕਿਲੋਮੀਟਰ 'ਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਜਿਹੜਾ MLA ਇੱਥੋਂ ਬਾਘੇ ਪੁਰਾਣੇ ਦਾ ਉਹ ਬੈਠਦਾ, ਅਤੇ ਉਹ ਜੇਕਰ ਇਸ ਕੁੜੀ ਨੂੰ ਆਪਣੀ ਭੈਣ ਕਹਿੰਦਾ ਤਾਂ ਅਸੀਂ ਕਹਿੰਦੇ ਹਾਂ ਵੀ ਉਹ ਇਨਸਾਫ ਦਵਾਵੇ। ਤਾਂ ਇਹ ਪੂਰੀ ਵਾਰਤਾਲਾਪ ਸੀ, ਇਹ ਪੂਰੀ ਗੱਲਬਾਤ ਸੀ। ਅਤੇ ਹੁਣ ਜਿਹੜੀ ਮੇਨ ਮੁੱਦੇ 'ਤੇ ਉਹ ਇਹ ਆਉਣਾ ਜਿਹੜੀ ਸੁਣਨ ਵਾਲੀ ਗੱਲ ਆ, ਤਾਂ ਜਿਹੜਾ ਬੰਦਾ ਕਹਿੰਦਾ ਵੀ ਮੈਨੂੰ MLA ਨੇ ਕੁੱਟਿਆ, ਤਾਂ ਉਹ ਬੰਦੇ ਨੇ ਕੀ ਕੀਤਾ, ਉਹ ਵੀਡੀਓ ਵੀ ਆਪਣੇ ਪੇਜ 'ਤੇ ਪਾਈ ਪਰ ਉਹਨੂੰ ਕੋਈ ਰਿਵਿਊ ਨਹੀਂ ਆਏ, ਉਹ ਚੱਲੀ ਨਹੀਂ। ਤਾਂ ਉਹਨੇ ਇੱਕ ਰੀਲ ਬਣਾ ਲਈ ਜਿਹਦਾ ਅੱਜ ਕੱਲ੍ਹ ਜ਼ਮਾਨਾ ਹੈ ਰੀਲਾਂ ਦਾ, ਉਹ ਰੀਲ ਬਣਾ ਕੇ ਉਹਨੇ ਜਿਹੜਾ ਪਹਿਲਾ ਪੋਰਸ਼ਨ ਸੀਗਾ ਵੀ ਰਵੀ ਸ਼ਰਮਾ ਉਰਫ ਕੁਲਵੰਤ ਰਾਏ ਵੀ ਜਿਹੜਾ ਤਿੰਨ ਜਨਾਨੀਆਂ ਦੇ ਨਾਲ ਘੁੰਮਦਾ, ਉਹਨੇ ਪਹਿਲਾ ਪੋਰਸ਼ਨ ਵੀ ਰਵੀ ਸ਼ਰਮਾ ਵੀ ਵਿੱਚੋਂ ਕੱਟ ਦਿੱਤਾ ਗਿਆ ਉਹ 'ਚੋਂ, ਅਤੇ ਨਾਲ ਦੀ ਨਾਲ ਜਿਹੜਾ ਉਹ ਯੂਨੀਅਨ ਦੇ ਲੀਡਰ ਨੇ ਕਿਹਾ ਸੀਗਾ ਲਾਸਟ 'ਤੇ ਵੀ ਅੰਮ੍ਰਿਤਪਾਲ ਸਿੰਘ ਸੁਖਾਨੰਦ MLA ਬਾਘਾ ਪੁਰਾਣਾ ਦਾ ਦਫ਼ਤਰ ਆ 1.5 ਕਿਲੋਮੀਟਰ 'ਤੇ, ਵੀ ਅਸੀਂ ਉਹਨੂੰ ਕਹਿੰਦੇ ਹਾਂ ਵੀ ਉਹ ਇਹਦੇ ਵਿੱਚ ਇੰਟਰਵੀਨ ਕਰੇ ਅਤੇ ਮਤ ਕਰੇ। ਉਹਨੇ ਉਹ ਪਿਛਲਾ ਵੀ ਕੱਟਤਾ, ਤਾਂ ਉਹਨੇ ਇੱਕ ਪ੍ਰੀ ਪਲੈਨਡ ਤਰੀਕੇ ਦੇ ਨਾਲ ਕਿਸੇ ਦੇ ਕਹਿਣ 'ਤੇ ਲਾ ਲਓ
ਜਾਂ ਕਿਸੇ ਵਿਰੋਧੀ ਪਾਰਟੀ ਦੇ ਕਹਿਣ 'ਤੇ ਲਾ ਲਓ ਜਾਂ ਜਿਹੜਾ ਉਹਦਾ 1600 ਲਾਈਕ ਸੀ ਪੇਜ 'ਤੇ ਜਾਂ ਪੇਜ ਦੀ ਪਬਲਿਸਿਟੀ ਦੇ ਲਈ ਲਾ ਲਓ ਤਾਂ ਉਹਨੇ ਇੱਕ ਐਡਿਟ ਕਰਕੇ ਉਹ ਪੂਰੀ ਵੀਡੀਓ ਨੂੰ ਚੰਗੀ ਤਰ੍ਹਾਂ ਐਡਿਟ ਕਰਕੇ ਉਹਨੇ ਉਹਦਾ ਹੈਡਿੰਗ ਦਿੱਤਾ ਤਿੰਨ ਜਨਾਨੀਆਂ ਨਾਲ ਅੰਮ੍ਰਿਤਪਾਲ ਸਿੰਘ ਸੁਖਾਨੰਦ MLA ਬਾਘਾ ਪੁਰਾਣਾ ਨਾਲ ਇੱਕ ਫੋਟੋ ਲਾਤੀ ਜਿਹਦੇ ਵਿੱਚ ਮੈਂ CM ਸਾਹਿਬ ਦੇ ਨਾਲ ਖੜਾ ਅਤੇ ਮੇਰੀ ਫੋਟੋ ਦੇ ਉੱਪਰ ਉਹਨੇ ਸਰਕਲ ਲਾਤਾ ਨਾਲ ਕੁਐਸਚਨ ਮਾਰਕ ਲਾਤਾ ਅਤੇ ਇਹ ਉਹਨੇ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਤੀ ਅਤੇ ਉਹ ਰੀਲ ਉਹਨੇ ਕਲਿੱਪ ਕਿਵੇਂ ਕੱਟਿਆ ਐਡਿਟ ਕਿਵੇਂ ਕੀਤੀ ਉਹਦੇ ਵਿੱਚ ਉਹ ਕੀ ਕਿਹਾ ਜਾਂਦਾ ਉਹਦੇ 'ਚ ਉਹ ਰੀਲ ਪੂਰੀ ਬਣੀ ਕਿ ਤਿੰਨ ਜਨਾਨੀਆਂ ਦੇ ਨਾਲ ਸੰਬੰਧ ਨੇ ਇਹ ਬੁਲਟ 'ਤੇ ਲੈ ਕੇ ਘੁੰਮਦਾ ਰਹਿੰਦਾ ਆਹ ਦੇਖੋ ਬੱਚੀ ਦੇ ਦਿਲ 'ਤੇ ਕੀ ਬੀਤਦੀ ਹੋਊ ਨਿਹਾਇਤ ਘਟੀਆ ਬੰਦਾ ਅਸੀਂ ਤਾਂ ਉਹਦਾ ਨਾਂ ਲੈਣਾ ਪਸੰਦ ਨਹੀਂ ਕਰਦੇ ਆਹ 1.5 ਕਿਲੋਮੀਟਰ 'ਤੇ ਦਫ਼ਤਰ ਆ ਅੰਮ੍ਰਿਤਪਾਲ ਸਿੰਘ ਸੁਖਾਨੰਦ MLA ਬਾਘਾ ਪੁਰਾਣਾ ਬਸ ਉਹ ਬੰਦੇ ਨੇ ਇੰਨੀ ਰੀਲ ਕੱਟ ਕੇ ਚਲਾ ਦਿੱਤੀ ਹੁਣ ਜਿਹੜੇ ਬੰਦੇ ਦੇ ਪੇਜ 'ਤੇ 2500 ਲਾਈਕ ਨੇ ਜਦੋਂ ਉਹਨੇ ਵੀਡੀਓ ਚਲਾਈ ਝੂਠੀ ਬਣਾ ਕੇ ਐਡਿਟ ਕਰਕੇ ਵੀਡੀਓ ਚਲਾਈ ਤਾਂ ਉਹ ਲੱਖਾਂ ਲੋਕਾਂ ਕੋਲ ਪਹੁੰਚੀ ਮੈਨੂੰ ਬੜੇ ਫੋਨ ਵੀ ਆਏ ਆਪਣੇ ਦੋਸਤਾਂ ਦੇ ਮੀਡੀਆ ਵਾਲਿਆਂ ਦੇ ਵੀ ਫੋਨ ਆਏ ਵੀ ਭਾਈ ਇਹ ਤੇਰੇ 'ਤੇ ਕੀ ਐਲੀਗੇਸ਼ਨ ਲੱਗ ਗਿਆ ਕਿਉਂਕਿ ਉਹ ਦੇਖਣ ਦੇ ਵਿੱਚ ਇਵੇਂ ਹੀ ਲੱਗਦਾ ਵੀ ਪਤਾ ਨਹੀਂ ਮੇਰੇ MLA ਦੇ ਸੰਬੰਧ ਨੇ ਕਿਸੇ ਦੇ ਨਾਲ ਅਤੇ ਉਹ ਯੂਨੀਅਨ ਦੇ ਲੀਡਰ ਮੇਰੇ ਅਗੇਂਸਟ ਧਰਨਾ ਲਈ ਬੈਠੇ ਨੇ ਤਾਂ ਉਹਨੇ ਇਹ ਪਰਸੈਪਸ਼ਨ ਕ੍ਰੀਏਟ ਕਰਤੀ ਪੂਰੇ ਮੀਡੀਆ ਦੇ ਸਾਹਮਣੇ ਤਾਂ ਮੈਂ ਉਸ ਮੁੰਡੇ ਨੂੰ ਬੁਲਾਇਆ ਮੈਂ ਉਹਨੂੰ ਬੁਲਾ ਕੇ ਕਿਹਾ ਮੈਂ ਆਪਣੇ ਮੇਰੇ ਦੋਸਤ ਨੇ ਫੋਨ ਕੀਤਾ ਮੈਂ ਕਿਹਾ ਤੂੰ ਦਫ਼ਤਰ ਆ ਤਾਂ ਉਹ ਦਫ਼ਤਰ ਮੇਰੇ ਕੋਲ ਆਇਆ ਮੈਂ ਉਹਨੂੰ 2-3 ਕਿਹਾ ਮੈਂ ਕਿਹਾ ਪਹਿਲੀ ਗੱਲ ਤਾਂ ਤੂੰ ਇਹ ਰੀਲ ਗਲਤ ਬਣਾਈ ਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਗੱਲ ਇੱਥੋਂ ਹੀ ਆ ਵੀ ਜੇਕਰ ਤੂੰ ਮੇਰੇ ਕੋਲ ਦਫ਼ਤਰ 'ਚ ਆਇਆ ਮੇਰੇ ਦਫ਼ਤਰ ਦੇ ਵਿੱਚ ਉਸ ਟਾਈਮ ਲਗਭਗ 40-50 ਬੰਦੇ ਬੈਠੇ ਸੀ ਵਰਕਰ ਬੈਠੇ ਸੀਗੇ ਆਮ ਲੋਕ ਬੈਠੇ ਸੀ ਪਬਲਿਕ ਮੈਂ ਉਹਨਾਂ ਸਾਰਿਆਂ ਨੂੰ ਵੀ ਇਹ ਵੀਡੀਓ ਦਿਖਾਈ ਮੈਂ ਕਿਹਾ ਜੀ ਦੇਖੋ ਆ ਤੁਹਾਨੂੰ ਕਿਵੇਂ ਲੱਗਦਾ ਤਾਂ ਉਹਨਾਂ ਨੇ ਵੀ ਕਿਹਾ ਕਹਿੰਦੇ ਇਹ ਤਾਂ ਸਿੱਧਾ ਤੁਹਾਡੇ 'ਤੇ ਅਟੈਕ ਕੀਤਾ ਜੀ ਇਹਨੇ ਅਤੇ ਮੈਂ ਉਹ ਬੰਦੇ ਨੂੰ ਸਮਝਾਇਆ ਮੈਂ ਕਿਹਾ ਯਾਰ ਇਹ ਤੂੰ ਗਲਤ ਕੀਤਾ ਤਾਂ ਉਹ ਪਹਿਲਾਂ ਮੰਨਿਆ ਨਹੀਂ ਫਿਰ ਮੈਂ ਉਹਨੂੰ ਦੁਬਾਰਾ ਕਿਹਾ ਮੈਂ ਕਿਹਾ ਸਾਰੇ ਲੋਕਾਂ ਨੂੰ ਵੀਡੀਓ ਦਿਖਾਈ ਮੈਂ ਕਿਹਾ ਦੱਸੋ ਕਿਵੇਂ ਉਹ ਕਹਿੰਦੇ ਜੀ ਗਲਤ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਪੁਲਿਸ ਬੁਲਾ ਲਈ ਮੌਕੇ 'ਤੇ 2 ਮੁਲਾਜ਼ਮ ਬੁਲਾਏ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਮੈਂ ਕਿਹਾ ਵੀ ਇਹ ਤੂੰ ਵੀਡੀਓ ਗਲਤ ਬਣਾਈ ਆ ਜੇ ਤਾਂ ਤੈਨੂੰ ਇਹ ਲੱਗਦਾ ਵੀ ਵੀਡੀਓ ਗਲਤ ਆ ਤਾਂ ਤੂੰ ਸਪਸ਼ਟੀਕਰਨ ਦੇ ਦੇ ਮਾਫ਼ੀ ਮੰਗ ਲਾ ਤਾਂ ਮੈਨੂੰ ਲਿਖਤੀ ਦੇ ਦੇ ਤਾਂ ਮੈਂ ਤੇਰੇ 'ਤੇ ਕੋਈ ਕਾਰਵਾਈ ਨਹੀਂ ਕਰਾਉਂਦਾ ਪਰ ਜੇਕਰ ਤੂੰ ਅਜੇ ਵੀ ਇਹ ਕਹਿ ਰਿਹਾ ਵੀ ਭਾਈ ਇਹ ਤੂੰ ਜਿਹੜੀ ਐਡਿਟ ਕੀਤੀ ਆ ਗਲਤ ਐਡਿਟ ਕੀਤੀ ਆ ਤਾਂ ਇਹ ਸਹੀ ਆ ਵੀਡੀਓ ਤੂੰ ਇਹਨੂੰ ਪੇਜ ਤੋਂ ਆਪਦੇ ਤੋਂ ਨਹੀਂ ਡਿਲੀਟ ਕਰੇਗਾ ਵੀ ਫਿਰ ਮੇਰੇ ਕੋਲ ਮੁਲਾਜ਼ਮ ਬੈਠੇ ਨੇ ਮੈਂ ਤੇਰੇ 'ਤੇ ਡੈਫੋਮੇਸ਼ਨ ਦਾ ਕੇਸ ਪਾਊਂਗਾ ਅਸਲ ਜਿਹੜਾ ਉਹ ਬੰਦਾ ਸੀਗਾ ਮੈਂ ਮੇਰੇ ਕੋਈ ਉਹਦੇ ਨਾਲ ਮਾੜੇ ਸੰਬੰਧ ਨਹੀਂ ਮੇਰੀ ਕੋਈ ਉਹਦੇ ਨਾਲ ਦੁਸ਼ਮਣੀ ਨੀਗੀ ਮੇਰਾ ਮੈਂ ਤਾਂ ਕੁਛ ਦਿਨ ਪਹਿਲਾਂ ਉਹਦੇ ਘਰ ਜਾ ਕੇ ਆਇਆ ਅਤੇ ਆਹ ਮੈਂ ਤੁਹਾਨੂੰ ਉਹਦਾ ਹੈਡਿੰਗ ਦਿਖਾਉਣਾ ਜਿਹੜਾ ਉਹਨੇ ਉਹ ਰੀਲ ਪਾਈ ਸੀ ਇਹ ਤੁਹਾਡੇ ਅਜੇ ਉਹਨਾਂ ਪੂਰਾ ਕਲੀਅਰ ਨਹੀਂ ਪਰ ਇਹਦਾ ਹੈਡਿੰਗ ਤੁਹਾਨੂੰ ਦਿਸ ਜੂਗਾ ਜਿਹ 'ਚ ਉਹਨੇ ਮੇਰੀ ਫੋਟੋ ਲਾਤੀ ਆ ਨਾਲ ਉੱਪਰ ਇਹਦਾ ਹੈਡਿੰਗ ਪਾਇਆ 3 ਜਨਾਨੀਆਂ ਨਾਲ ਹੈਸ਼ਟੈਗ ਪਾਤਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਫਿਰ ਉਸ ਤੋਂ ਪਹਿਲਾਂ ਉਹ ਬੰਦੇ ਨੇ ਕੀ ਮੀਡੀਆ ਦੇ ਵਿੱਚ ਆਪਣੇ ਚੈਨਲ ਤੋਂ ਕੀ ਪਾਇਆ ਇਹਦੇ 'ਚ ਜਿਹੜਾ ਉਹ ਕੁੜੀ ਦਾ ਦੋਸਤ ਆ ਕੁੜੀ ਦਾ ਭਰਾ ਹੈ ਜਿਹੜਾ ਮੇਰਾ ਦੋਸਤ ਆ ਉਹਨੇ ਉਹਦੀ ਫੋਟੋ ਵਾਇਰਲ ਕੀਤੀ ਉੱਪਰ ਕੀ ਲਿਖਿਆ ਇਹਦੇ ਜਾਇਦਾਦ ਦੱਬਣ ਲਈ ਢਾਬੇ 'ਤੇ ਲਗਵਾਇਆ ਹੈ ਧਰਨਾ ਮੰਤਰੀ ਅਤੇ ਵਿਧਾਇਕ ਪਤਨੀ ਦੇ ਭਰਾ ਦੇ ਚੰਗੇ ਦੋਸਤ ਮਤਲਬ ਉਹਨੇ ਹੈਡਿੰਗ ਕਰਤਾ ਕਲੀਅਰ ਕਰਤਾ ਵੀ ਇਹ ਢਾਬਾ ਦੱਬਣ ਵਾਸਤੇ ਆ ਪਰ ਉਹ ਕੁੜੀ ਤਾਂ ਆਪਣੇ ਹੱਕਾਂ ਲਈ ਖੜੀ ਆ ਇਦੋਂ ਬਿਨਾਂ ਮੈਂ ਤੁਹਾਨੂੰ ਫੋਨ 'ਤੇ ਵੀਡੀਓ ਵੀ ਦਿਖਾ ਦਿੰਦਾ ਜਿਹੜਾ ਉਹ ਕੁਲਵੰਤ ਰਾਏ ਆ ਜਿਹਦਾ ਇਹ ਫੇਵਰ ਕਰ ਰਿਹਾ ਮੁੰਡਾ ਉਹਨੂੰ ਉਹਦੀ ਵਾਈਫ ਨੇ ਮਤਲਬ ਸਾਡੀ ਭੈਣ ਨੇ ਉਹਨੂੰ 2 ਵਾਰ ਉਹਨੂੰ ਕਮਰੇ ਦੇ ਵਿੱਚ ਫੜਿਆ ਆ ਜੇ ਤੁਸੀਂ ਜ਼ੂਮ ਕਰਕੇ ਦਿਖਾ ਦਿਓ ਉਹ ਕੁਲਵੰਤ ਰਾਏ ਨੂੰ ਉਹਦੀ ਵਾਈਫ ਨੇ ਮਤਲਬ ਸਾਡੇ ਦੋਸਤ ਦੀ ਭੈਣ ਨੇ ਰੰਗੀ ਹੱਥੀ ਫੜਿਆ ਸੀਗਾ ਤਾਂ ਇਹ ਇਸ਼ੂ ਸੀਗਾ ਮੇਨ ਤਾਂ ਫਿਰ ਮੈਂ ਉਹਨੂੰ ਦਫ਼ਤਰ ਬੁਲਾਇਆ ਆਪਣੇ ਮੈਂ ਦਫ਼ਤਰ ਬੁਲਾ ਕੇ ਉਹਨੂੰ ਕਿਹਾ ਮੈਂ ਕਿਹਾ ਜਾਂ ਤਾਂ ਤੂੰ ਮੇਥੋਂ ਲਿਖਤੀ ਮਾਫ਼ੀ ਮੰਗ ਲਾ ਜੇ ਤੂੰ ਮਾਫ਼ੀ ਨਹੀਂ ਮੰਗੇਗਾ ਤਾਂ ਮੈਂ ਤੇਰੀ ਕੰਪਲੇਂਟ ਕਰੂੰਗਾ ਉਹਨੇ ਕਿਹਾ ਕਹਿੰਦਾ ਬਾਈ ਜੀ ਕਹਿੰਦਾ ਮੇਥੋਂ ਗਲਤੀ ਹੋ ਗਈ ਕਹਿੰਦਾ ਬਾਕੀ ਲੋਕਾਂ ਦੇ ਵਿੱਚ ਮੈਸੇਜ ਗਲਤ ਗਿਆ ਮੇਰੀ ਕਹਿੰਦਾ ਕੋਈ ਉਹ ਇੰਟੈਂਸ਼ਨ ਨਹੀਂ ਸੀ ਤਾਂ ਉਹਨੇ ਮੇਥੋਂ ਇਹ ਲਿਖਤੀ ਰੂਪ ਦੇ ਵਿੱਚ ਮਾਫ਼ੀ ਮੰਗੀ ਆ ਇਹ ਮਾਫ਼ੀ ਇੱਥੇ ਲਿਖੀ ਗਈ ਆ ਇਹਦੀ ਤੁਸੀਂ ਧਿਆਨ ਨਾਲ ਇਹ ਮਾਫ਼ੀ ਦੀ ਫੋਟੋ ਖਿੱਚ ਲਓ ਪੰਜਾਬੀ ਕਿੰਨੀ ਸੋਹਣੀ ਲਿਖੀ ਆ ਬਾਅਦ ਵਿੱਚ ਉਹ ਬੰਦਾ ਰਾਤ ਨੂੰ ਜਾ ਕੇ ਕਹਿੰਦਾ ਲਗਭਗ 6-7 ਘੰਟੇ ਬਾਅਦ ਵੀ MLA ਨੇ ਮੇਰੇ 25 ਥੱਪੜ ਮਾਰੇ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਬੰਦੇ ਦੇ 25 ਥੱਪੜ ਵੱਜੇ ਹੋਣ ਜਾਂ ਜਿਨ੍ਹਾਂ ਨੂੰ ਦਫ਼ਤਰ 'ਚ ਬੁਲਾ ਕੇ ਕੁੱਟਿਆ ਗਿਆ ਹੋਵੇ ਕਿ ਉਹ ਐਡੀ ਸੋਹਣੀ ਰਾਈਟਿੰਗ ਲਿਖ ਦੂ ਐਡੀ ਤਾਂ ਆਪਣੇ ਤੋਂ ਵੈਸੇ ਨਹੀਂ ਲਿਖੀ ਜਾਂਦੀ ਗੀ ਤਾਂ ਉਹਨੇ ਇਹ ਸਾਰਾ ਮਾਫ਼ੀਨਾਮਾ ਲਿਖਿਆ ਇਹਦੇ 'ਚ ਉਹਨੇ ਦੱਸਿਆ ਵੀ ਭਾਈ ਮੇਰੇ ਤੋਂ ਗਲਤ ਮੈਂ ਐਡੀਟਿੰਗ ਕਰਕੇ ਪੈ ਗਈ ਵੀ ਮੈਂ ਆਪਣੇ ਚੈਨਲ ਤੋਂ ਇਹਨੂੰ ਡਿਲੀਟ ਕਰਦਾ ਉਹਨੇ ਡਿਲੀਟ ਵੀ ਕਰਤੀ ਨਾਲ ਦੀ ਨਾਲ ਫਿਰ ਸਾਨੂੰ ਫਿਰ ਸੀਗਾ ਵੀ ਕਿਤੇ ਭਾਈ ਇਹ ਕੋਈ ਗੜਬੜ ਨਾ ਕਰੇ ਸ਼ੱਕ ਹੋ ਜਾਂਦਾ ਤਾਂ ਉਸ ਬੰਦੇ ਨੇ ਵੀਡੀਓ ਵੀ ਪਾਈ ਮੈਂ ਤੁਹਾਨੂੰ ਵੀਡੀਓ ਸੁਣਾ ਦਿੰਦਾ ਕੋਲੇ ਬੈਠ ਕੇ ਜਿਹਦੇ ਵਿੱਚ ਬਾਘਾ ਪੁਰਾਣਾ ਦੀ
ਆਪਦੀ ਉਹਨੇ ਵੀਡੀਓ ਭੇਜੀ ਆ, ਲਿਖੀ ਆ ਉਹਨੇ, ਆਪ ਵੀਡੀਓ ਪਾਈ ਆ ਆਪਦੇ ਪੇਜ 'ਤੇ। तो यह तुसी वीडियो देखी है, वीडियो च मैं तुहानू यह दसना चाहुंदा सी भी इन्हें कोई दबा तो नहीं, आराम नाल बैठ के वीडियो पाई है। ये तुसी फोटो भी देखी होनी है कैमरिया ते, तुहानू लगदा ये बंदे दी कुटमार हुई हुई आ, पर रात नू वह बंदा 9 बजे किसी चैनल नू कहिंदा भी मैनू भाई MLA ने कुटिया। हुण गल इत्थों तक आ, हुण इहदे जिहड़ी मेरा गल आ उह 3 रीज़न ने इहदे भी इहने क्यों कीता। पहला तो जिहड़ा ये गलत रीलां पा के माइलेज लैणा चाहुंदा सी, आपदे चैनल नू प्रमोट करना चाहुंदा सीगा, पहली तो इहदी उह इंटेंशन सीगी। सैकेंड जिहड़ा वो लड़की का, मेरी सिस्टर का, मेरे दोस्त की भैन का जिहड़ा आपदे घर वाले नाल डिस्प्यूट चलता, जिहड़ा ये घर वाले दे हक च खड़ा, पिछलियां 3-4 इंटरव्यू चे हक च खड़ा, तो इहनू ये सीगा भी MLA सपोर्ट करता कुड़ी दी, तां करके इहने वह कुलवंत राय दे कहणते उहदे कहणते इहनू ये सी भी मैं MLA दी जे इमेज नू खराब कर दियां तां इह पिछे हट जूगा जां डर जूगा। तीजी गल, उस तों बाद जिहड़े मेरे हल्के दे कई विरोधी ने, अकाली दल वाले ने जां होर ने, तो मैं उन्होंने इहनू प्रवोक किया, क्योंकि जे एक बंदा मेरे कोल बैठा जो इन्हें लिखा उदू बाद भी अद्धा घंटा मेरे दफ्तर च बैठा रहा, चंगी तरह चाह पीती, उन्हें गल्लां बातें कीतियां, सब कुछ किया, पर उदू बाद जाके सडनली 6 घंटे बाद बंदा कहिंदा भी मैंने तो कुटमार की। ये 3 वड्डे कारण ने इहदे, ये मैं तुहानू अज पूरा एक्सप्लेन किया। तो नाल दी नाल मैं खीर ते तुहानू ये भी गल कह दिया, तुहाडे सवाल भी लैके जाऊँगा, इत्थे बैठा रहूँगा। गल ये कहिंदे भी जिहड़े होर लीडर जिहड़े आपदे आप नूं वड्डे कहिंदे, मैं देखी आ प्रैस कॉन्फ्रेंस देखी आ, मजीठिया साहब भी बोली जांदे सीगे, उह बड़ा सौखा हुंदा कपल दे शो वांगू बैक ला के पिछे स्क्रीन ते दिखा दिओ तुसीं भी आह देखो जी MLA कुटमार करदा। मैं उन्हां नूं सारिआं नूं कहिंदा भी भाई एविडेंस तां चैक कर लिया करो, देखता लिया करो भी किहने किसे दे हत्थ लाया कि नहीं लाया। वो बंदा आप दफ्तर च आया, आप रिटन च माफ़ी मंगिया, आप वीडियो पाती, आपे जिहड़े उन्हें गलत वीडियो पाई सी उन्हें डिलीट करती, तुसीं एवें किसे ते इल्जाम लाउण लग जांदे हो। नाल दी नाल मैं अपने वालों ये भी कहना चाहुंदा भी तुहानूं इज्जत बनाउण च सारी उम्र लग जाती है, जे तुसीं राजनीति दे प्रोफैशन दे विचों मेरे हल्के जाके पुछो, लोगों तो पुछो भी किहो जिहा, मैं तो अज तक किसी के कुत्ते दी सुट्टी नहीं मारी, तो मैं किसी बंदे दे थप्पड़ मार के मैं की लैणा। अमर आम नाल काम करीदा, प्यार नाल काम करीदा, कोई बंदा मैनूं कह नहीं सकदा गा भी भाई तू किसी नाल लड़िया होवे, अज तक किसी नाल इन्ना समा हो गया किसी नाल लड़िया होवां तां कोई बंदा कहवे तां, पर जदों कोई बंदा बिना किसी कारण तो सिर्फ अपने पेज की प्रमोशन दे वास्ते सिर्फ एक वो रवि शर्मा उर्फ कुलवंत राय उन्हों साथ देने दे लई तां जां जिहड़े अकाली ते कांग्रेसी ने वो बस सिर्फ विरोधी धिर बन के आम आदमी पार्टी दे एलीगेशन लाउण दे लई आ, MLA ते एलीगेशन लाउण दे लई जदों ये सारा कुछ करते हैं तो वह बड़ा निंदनयोग आ, उहदा सानूं बड़ा दुख लगता। मैं सारे पब्लिक नूं यही बेनती करदा कि बड़ा एक दिन तो 2 दिनों तो मैनूं फोन आ रहे सी, मीडिया वाले कल्ले कल्ले बाइट कर रहे सी, तां मैं सोचा भी मैं अपनी क्लैरिफिकेशन आ जिहड़ी वो तुहानूं सारिआं नूं इकट्ठे होकर देवां, तां इह मेरा जिहड़ा अपना पक्ष सी। नाल दी नाल मैं इह वी कहिंदा वो मुंडे ने माफ़ी मंग ली, रिटन च वीडियो पाती, जिहड़ी मेरे वाली वीडियो सी वो डिलीट करती, तो मैं उन्हूं यह भी कहा सी, मैं कहा भाई जे तो तू ये कर देंगा ठीक है, नहीं मैं तेरे ते डेफोमेशन का केस पाऊँगा। तो हुण मैं उन्हूं यह भी कहना चाहुंदा भी जे तो तू भाई आपे लिखती माफ़ी मंगी, आपे सब कुछ किया, हुण जे तू पब्लिसिटी दे लई तू ये कहेंगा लोगों च जाके पब्लिक जाके चैनलों पर भी इन्हें मेरे 25 थप्पड़ मारे, तो फिर मैं उत्ते कानूनी कार्रवाई भी करूँगा, क्योंकि जिहड़ी पुरानी वीडियो उन्हें डिलीट की वो एडिट करके उन्हें पाई आ, क्योंकि इस इज्जत हतक होंगी आ, तुहानू सारा उम्र के बनाई होंगी आ। हुण वो वीडियो 2 लाख चल गई जी, मैं किवें कल्ले कल्ले बंदे नूं प्रूव करी जावां भी भाई इहने गलत पाती, तां इह इंटेंशन सी, बाकी कुटमार उहदी कोई नहीं होई, उहनूं बुला के समझाया उहने आप लिखती आ, इह 2 प्रूफ ने, बड़ी सोहणी लैटर लिखी आ इहदे च कुटमार नहीं लगदी, बड़ी सोहणी वीडियो इहदे च कुटमार नहीं लगदी। इन्नी मेरी बेनती सी, मैं तुहानूं कहिंदा भी जे किसी का कोई सवाल आ तां तुसीं पुछो।
नहीं वह शो करूगा ना, मैं किसी के कहते मैं क्यों शो करा, वह कोई भी प्रूफ लै दे कुछ भी चीज़ कढ़ दे भी भाई आ मेरे कुटमार करता, वो दस दे दफ्तर खुला है दफ्तर च जाए चेक करे जिथे मर्जी जाए चेक करे, तो वह जो एविडेंस लेके आऊगा तो मैं वह गुनाहगार होऊंगा। नहीं सीसी टीवी वो आपे देगा ना, मैं थोड़ी दिखाऊंगा वो तो जेडे देखो मेरी गल सुनो एक उत्थे जेडे जदों कोर्ट दे विच मैं डेफिमेशन पाऊंगा तो जिहड़ी उन्हें वीडियो पाई आ वो सामने आऊगी। हाँ जेकर वह ये कहूगा भी मैनू कुटमार की आ तो कुटमार दू एविडेंस देने पैणगे, जे कोर्ट मैनू कहूगा तो तुसीं मैं कोर्ट नूं कह दूं भाई जिथों मर्जी कढ़ लो कितों फुटेज कढ़ लो जिथों मर्जी कढ़ लो कोई प्रूफ दे दो कुछ भी दे दो, जे मेरे अगेंस्ट कहिंदा ना भी कुटमार की आ तो वह बेस तो कोई होना चाहिए कोई एविडेंस तो होना चाहिए, इवें तो हर कोई बंदा उठ के कह दिया करूगा भी मैनू भाई कुटमार की आ, तो फिर मैं कल कल बंदे वैसे ही जवाब देना आ रील का जवाब नहीं दिता जाता गा तो मैं कल कल कितों वीडियो दिखाता फिरूँगा। देखो वो एक आम जा कोई पत्रकार नहीं सीगा, वो एक चैनल चलाउंदा उन्हें पिछले दिन ही मैं तुहानू आपदे संबंधां दी गल दसदा, उहदे घरे कोई निजी प्रोग्राम सी उन्हें बुलाया भी मैं उहदे घरे गया भी आराम नाल वधिया गलबात कीती कोई इहो जी गल है नहीं सीगी। देश दुनिया दीयां नवीयां ते ताज़ियां तरीन खबरां लई साडे चैनल नूं सबसक्राइब करो लाइक करो ते बैल आइकन ते क्लिक जरूर करो।